चुकना पैना जी लोगों का जागृत ने पूरे लोग आ रहे हैं। साइकिल से भी जा सकते हैं पैदल भी जा सकते हैं साडा रास्ता कोई चीज़ रोक नहीं सकती हैगी। 100 किलोमीटर के करीब है जी मुश्किल सामना करांगे ता ही असीं अपनी मंजिल नूं पा के रहांगे। लौंगोवाल टू दिल्ली किसान मजदूर एकता जिंदाबाद। किसानी अंदोलन जिवें जिवें सिखरां ते पहुँच रहा उवें उवें किसानी अंदोलन नूं जिहड़ा वड्डे पद्धर ते समर्थन मिल रहा भावें कोई गड्डियां ते आ रहा भावें कोई ट्रैक्टर ट्रालियां ते आ रहा भावें कोई मोटरसाइकिलां ते आ रहा ते हुण कुछ नौजवान जिहड़े उह साइकिलां ते आए ने। लौंगोवाल तो चले सी लगभग 300 किलोमीटर का पेंडा जिहड़ा इन्हां ने तय किया साइकिल ते उन्हां दे नाल गल्लबात करदे आं। बई जी ਕਿੱਥੋਂ ਚੱਲੇ ਹੋ ਤੁਸੀਂ? ਕਦੋਂ ਤੋਂ ਚੱਲੇ ਹੋ ਤੁਸੀਂ? ਕਿੰਨੇ ਜਣੇ ਚੱਲੇ ਹੋ? ਕੱਲ 9 ਵਜੇ ਚੱਲੇ ਸੀ ਜੀ, 4 ਜਣੇ ਚੱਲੇ, 4 ਕੁਰਕਸ਼ੇਤਰ ਰਿਆਸ ਕਰੀਏ ਕੱਲ ਆ ਕੇ। ਰਸਤੇ ਦੇ ਵਿੱਚ ਤੁਸੀਂ ਕਿਤੇ ਆਰਾਮ ਵੀ ਕਰਿਆ ਹੋਊਗਾ? ਕੁਰਕਸ਼ੇਤਰ ਆ ਕੇ ਜੀ। ਕਿੰਨਾ ਕਿਲੋਮੀਟਰ ਪੈਂਦਾ ਜਿਹੜਾ ਤੁਹਾਡੇ ਪਿੰਡ ਤੋਂ ਇੱਥੇ ਤੱਕ ਪਹੁੰਚ? 300 ਕਿਲੋਮੀਟਰ ਦੇ ਕਰੀਬ ਹੈ ਜੀ। ਕਿਵੇਂ ਬਣਿਆ ਸਬੱਬ, ਕਿਵੇਂ ਬਣਿਆ? ਜਿਵੇਂ ਬਾਕੀ ਟਰਾਲੀਆਂ ਤਿਆਰ ਨੇ ਗੱਡੀਆਂ ਤਿਆਰ ਨੇ, ਕਿਵੇਂ ਸੋਚਿਆ ਸਬੱਬ ਬਣਿਆ ਕਿ ਕਿੰਨੇ ਜਣੇ ਜਾਵਾਂਗੇ ਸਾਈਕਲ 'ਤੇ ਜਾਈਏ ਕੁਝ ਨਵੇਕਲਾ ਕਰੀਏ, ਕਿਵੇਂ ਸਬੱਬ ਬਣਿਆ? ਕਿਵੇਂ ਸਾਈਕਲ 'ਤੇ ਨਵੇਕਲਾ ਕਰਨ ਲਈ ਜੀ, ਲੋਕਾਂ ਨੂੰ ਜਾਗਰਿਤ ਕਰਨ ਲਈ ਸਾਈਕਲ 'ਤੇ ਵੀ ਆ ਸਕਦੇ ਆ, ਜਿਵੇਂ ਵੀ ਪਹੁੰਚੋ ਹਾਜ਼ਰੀ ਲਵਾਉਣਾ ਹੈ ਜੀ। ਹਾਂਜੀ, ਜਿਹੜੀ ਦਿੱਲੀ ਸਰਕਾਰ ਰੋਕਣਾ ਚਾਹੁੰਦੀ ਸੀ ਪੰਜਾਬੀਆਂ ਨੂੰ ਹਰਿਆਣੇ ਦੇ ਕਿਸਾਨਾਂ ਨੂੰ, ਉਹ ਅੱਜ ਕਹਿਣ ਦਾ ਭਾਵ ਤਹੀਆ ਕਰਕੇ ਆਏ ਨੇ ਕਿ ਅਸੀਂ ਤਾਂ ਸਾਈਕਲਾਂ 'ਤੇ ਵੀ ਆ ਜਾਵਾਂਗੇ, ਅਸੀਂ ਤਾਂ ਪੈਦਲ ਵੀ ਆ ਜਾਵਾਂਗੇ, ਅਸੀਂ ਘੋੜਿਆਂ 'ਤੇ ਵੀ ਆ ਜਾਵਾਂਗੇ। ਲੋਕ ਤਾਂ ਪੈਦਲ ਵੀ ਤੁਰੇ ਆਉਂਦੇ ਆ ਜੀ, ਸਾਈਕਲਾਂ 'ਤੇ ਆ ਰਹੇ ਨੇ, ਪੂਰਾ ਜੋਸ਼ ਨਾਲ ਆ ਰਹੇ। ਕੀ ਕਹਿਣਾ ਚਾਹੋਗੇ? ਕੇਂਦਰ ਸਰਕਾਰ ਦੀਆਂ ਨੀਤੀਆਂ ਹਾਲੇ ਵੀ ਉਹੀ ਨੀਤੀਆਂ ਨੇ, ਕੇਂਦਰ ਸਰਕਾਰ ਦੀ ਹਾਲੇ ਵੀ ਉਹੀ ਗੱਲਾਂ ਕਹਿ ਰਹੇ ਨੇ ਭਾਵੇਂ ਸੱਦੇ ਭੇਜ ਰਹੇ ਨੇ? ਝੁਕਣਾ ਪੈਣਾ ਜੀ ਲੋਕਾਂ ਦਾ, ਜਾਗਰਤ ਨੇ ਪੂਰੇ ਲੋਕ ਆ ਰਹੇ ਨੇ। ਸੋ ਇੱਕ ਹੋਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਤੁਹਾਡਾ ਕੀ ਨਾਂ ਅਤੇ ਕਿਹੜਾ ਪਿੰਡ? ਗੁਰਵਿੰਦਰ ਸਿੰਘ ਲੌਂਗੋਵਾਲ ਜੀ। ਗੁਰਵਿੰਦਰ ਸਿੰਘ ਜੀ, ਤੁਸੀਂ ਵੀ ਇਹਨਾਂ ਦੇ ਨਾਲ ਪਿੰਡ ਤੋਂ ਆਏ? ਹਾਂਜੀ, ਅਸੀਂ ਇਕੱਠੇ ਆਏ ਹਾਂ ਜੀ ਲੌਂਗੋਵਾਲ ਤੋਂ। ਸਾਡਾ ਮੇਨ ਮਕਸਦ ਇਹੀ ਹੈ ਵੀ ਅਸੀਂ ਲੋਕਾਂ ਨੂੰ ਇਹ ਦੱਸ ਰਹੇ ਹਾਂ ਵੀ ਸਾਈਕਲ 'ਤੇ ਵੀ ਜਾ ਸਕਦੇ ਹਾਂ ਪੈਦਲ ਵੀ ਜਾ ਸਕਦੇ, ਸਾਡਾ ਰਸਤਾ ਕੋਈ ਚੀਜ਼ ਰੋਕ ਨਹੀਂ ਸਕਦੀ ਹੈਗੀ। ਸਿਰਫ ਕੀ ਹੈ, ਸਰਕਾਰ ਨੂੰ ਇਹੀ ਚੀਜ਼ ਦੇਖਣੀ ਚਾਹੀਦੀ ਹੈ ਵੀ ਸਰਕਾਰ ਜੋ ਕਾਨੂੰਨ ਬਣਾਉਂਦੀ ਹੈ ਉਹ ਲੋਕਾਂ ਲਈ ਹੁੰਦਾ। ਜੇ ਲੋਕ ਚਾਹੁੰਦੇ ਨੇ ਕਾਨੂੰਨ ਨੂੰ ਵਾਪਸ ਕਰਨਾ ਤਾਂ ਸਰਕਾਰ ਨੂੰ ਚਾਹੀਦਾ ਹੈ ਵੀ ਜਿਹੜਾ ਕਾਨੂੰਨਾਂ ਨੂੰ ਆ ਉਹ ਵਾਪਸ ਕਰ ਲਿਆ ਜਾਵੇ, ਤਾਂ ਕਿ ਜਿਹੜੇ ਲੋਕ ਨੇ ਆਪਣੀ ਚੈਨ ਦੀ ਨੀਂਦ ਸੌਂ ਸਕਣ ਅਤੇ ਜਿਹੜਾ ਕਿਸਾਨੀ ਆ ਆਪਣੀ ਅੱਗੇ ਖੇਤੀ ਦਾ ਮੁੱਦਾ ਕਿਹੜਾ ਖੇਤੀ ਨੂੰ ਅੱਗੇ ਪ੍ਰੋਤਸਾਹਿਤ ਕਰ ਸਕਣ। ਕਿੰਨਾ ਕੁ ਤੁਹਾਨੂੰ ਕੋਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਤੁਸੀਂ ਆਏ ਹੋ ਸਾਈਕਲ 'ਤੇ ਆਏ ਹੋ? ਲੰਬਾ ਪੈਂਡਾ ਸੀ, 300 ਕਿਲੋਮੀਟਰ ਘੱਟ ਨਹੀਂ ਹੁੰਦਾ, ਜੇਕਰ ਗੱਡੀ 'ਚ ਵੀ ਜਾਂਦੇ ਉਦੋਂ ਵੀ ਥੱਕ ਜਾਂਦੇ, ਪਰ ਤੁਸੀਂ ਤਾਂ ਸਾਈਕਲ 'ਤੇ ਆਏ ਹੋ? ਮੁਸ਼ਕਿਲਾਂ ਤਾਂ ਦੇਖੋ ਜੀ, ਕੋਈ ਵੀ ਚੀਜ਼ ਆਪਾਂ ਸ਼ੁਰੂਆਤ ਕਰਦੇ ਹਾਂਗੇ ਤਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ, ਤਾਂ ਮੁਸ਼ਕਿਲਾਂ ਸਾਹਮਣਾ ਕਰਾਂਗੇ ਤਾਂ ਹੀ ਅਸੀਂ ਆਪਣੀ ਮੰਜ਼ਿਲ ਨੂੰ ਪਾ ਕੇ ਰਹਾਂਗੇ ਜੀ। ਸੋ ਇਹ ਨੌਜਵਾਨਾਂ ਦਾ ਜੋਸ਼ ਜਜ਼ਬਾ ਦੇਖ ਕੇ ਹਰ ਕੋਈ ਸਲਾਮ ਕਰ ਰਿਹਾ। ਨੌਜਵਾਨ ਕਹਿ ਰਹੇ ਨੇ ਕਿ ਪੈਦਲ ਵੀ ਆ ਰਹੇ ਨੇ ਦਿੱਲੀ ਨੂੰ ਅਤੇ ਸਾਈਕਲਾਂ 'ਤੇ ਵੀ ਆ ਰਹੇ ਨੇ। ਹਰ ਕੋਈ ਕਿਸਾਨਾਂ ਦੇ ਇਸ ਅੰਦੋਲਨ ਨੂੰ ਵੱਡੇ ਪੱਧਰ 'ਤੇ ਸਮਰਥਨ ਦੇ ਰਿਹਾ ਅਤੇ ਦੇਣਾ ਵੀ ਬਣਦਾ ਹੈ, ਕਿਉਂਕਿ ਲੜਾਈ ਕਿਸਾਨਾਂ ਦੀ ਨਹੀਂ ਬਲਕਿ ਪੂਰੇ ਆਵਾਮ ਦੀ ਲੜਾਈ ਬਣ ਕੇ ਰਹਿ ਗਈ ਹੈ ਇਹ। ਲਗਾਤਾਰ ਬਣੇ ਰਹੋ D5 ਦੇ ਨਾਲ, ਦੇਖਦੇ ਰਹੋ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।